ਹਾਂ ਜੀ, ਵਿੰਕਲ ਇੱਚੀ ਬਾਂਡ ਦੀ ਕੰਪਨੀ ਹੈ, ਕੋਂਗਰੇਟ ਐਗਰੋਪੈਕ ਪ੍ਰਾਈਵੇਟ ਲਿਮਿਟਡ। ਇਹ ਦਵਾਈ ਹੈਗੀ ਆ 19/6/2021 ਨੂੰ ਬਣੀ ਸੀ ਤੇ 18/6/2023 ਨੂੰ ਐਕਸਪਾਇਰੀ ਆ। ਉਹਨਾਂ ਦੋ ਸਾਲ ਵੱਧ ਗਏ, ਦੋ ਸਾਲ ਬਣਨ ਦੇ ਵੱਧ ਗਏ, ਦੋ ਸਾਲ। ਇਹ ਬਹੁਤ ਵਧੀਆ ਤਰੀਕਾ ਹੈ। ਇਹ ਸਾਡੇ ਵੀਰ ਗੁਪਤਾ ਫਰਟੀਲਾਈਜ਼ਰ ਵਾਲੇ ਜਿਹੜੇ ਪਹਿਲਾਂ ਸੀ, ਉਸ ਤੋਂ ਬਾਅਦ ਸ਼ਵਾਸ ਫਰਟੀਲਾਈਜ਼ਰ, ਆਪਣਾ ਸਾਥੀ ਰੋਹਿਤ ਚੌਧਰੀ, ਉਹ ਇੱਥੇ ਆ ਕੇ ਡੇਟ ਬਦਲ ਜਾਂਦਾ, ਜਦੋਂ ਮਰਜ਼ੀ ਡੇਟ ਬਦਲਾ ਲਓ, ਜਦੋਂ ਮਰਜ਼ੀ ਨਵੀਂ ਕਰ ਲਓ ਦਵਾਈ ਨੂੰ। ਇਹ ਸਾਡਾ ਡਿਪਾਰਟਮੈਂਟ ਬੈਠਾ, ਐਗਰੀਕਲਚਰ ਵਿਭਾਗ ਬੈਠਾ, ਦੇਖ ਸਕਦੇ ਹੋ ਆਹ ਜਿਹੜੀ ਚੀਜ਼ ਆ। ਇਹ ਇਹਦੇ ਸਿਰਫ ਇੱਕ ਪੇਟੀ ਆ, ਗਡਾਊਨ ਤੋਂ ਵਾਧੂ ਮਲ ਪਿਆ। ਆਹ 21/23 ਦਾ, ਤੇ ਆਹ ਬਦਲ ਕੇ ਜਿਹੜਾ ਇਹਨੂੰ ਨਵੇਂ ਕੱਪੜੇ ਪਾ ਕੇ ਕਰਤਾ 23/25 ਦਾ। ਕਿਸਾਨ ਸਾਥੀਓ, ਅਸੀਂ ਗੁਪਤਾ ਫਰਟੀਲਾਈਜ਼ਰ ਤੇ ਖੜੇ ਹਾਂ, ਕਦੀ ਹੁਣ ਸ਼ਵਾਸ ਫਰਟੀਲਾਈਜ਼ਰ ਇਹਨਾਂ ਨੇ ਇੱਚੀ ਬਾਂਡ ਕੰਪਨੀ ਦੀ, ਕੋਂਗਰੇਟ ਕੰਪਨੀ ਦੀ, ਉਸਦੀ ਕੋਈ ਸਿਸਟਰ ਕੰਸਰਨ ਹੈ। ਕਿਹੜੇ ਮਿਨਿਸਟਰ ਕਰਾਈ ਸੀ 2023 ਚ? 17/7/2023 ਚ ਬਹੁਤ ਸਾਰੇ ਪ੍ਰੋਜੈਕਟ ਬਿਲ ਕਰਾਏ ਸੀ, ਉਹ ਸਾਰੇ ਸਾਰੇ ਲਗਭਗ ਐਕਸਪਾਇਰ ਹੋ ਚੁੱਕੇ ਸੀ। ਇੱਚੀ ਬਾਂਡ ਕੰਪਨੀ ਦੀ ਕੋਂਗਰੇਟ ਕੰਪਨੀ ਜਿਹੜੀ ਸੀ, ਉਹਨੇ ਐਕਸਪਾਇਰ ਮਾਲ ਇਹਨਾਂ ਨੂੰ ਬਿਲ ਕੀਤਾ, ਤੇ ਇਹਨਾਂ ਨੇ ਸਾਡੇ ਵੀਰਾਂ ਨੇ ਉਸ ਤੋਂ ਵੀ ਅੱਗੇ ਵੱਧ ਕੇ ਇੱਕ ਫਤਿਹਾਬਾਦ ਤੋਂ ਐਕਸਪਰਟ ਮੰਗਾ ਕੇ ਸਟੈਂਪਿੰਗ ਰੀਸਟੈਂਪਿੰਗ ਕਰਕੇ ਨਵਾਂ ਬਣਾ ਕੇ ਤੇ ਸਾਡੇ ਮਰੇ ਹੋਏ ਕਿਸਾਨਾਂ ਨੂੰ ਹੋਰ ਮਾਰਨ ਵਾਸਤੇ ਤੋੜਨਾ ਸ਼ੁਰੂ ਕਰਤਾ। ਇਸ ਦੇ ਇਸ ਜਿਹੜੇ ਸਿਸਟਮ ਦੇ ਵਿੱਚ ਕੰਪਨੀ ਵਾਲੇ ਸਾਡੇ ਵੀਰ ਦੁਕਾਨਦਾਰ ਗੁਪਤਾ ਜੀ, ਟਿੰਕੂ ਗੁਪਤਾ ਜੀ, ਉਹਨਾਂ ਦੇ ਪਿਤਾ ਸੁਰਿੰਦਰ ਗੁਪਤਾ ਜੀ, ਸਾਰੇ ਸਿਸਟਮ ਦੇ ਵਿੱਚ ਇਨਵੋਲਵ ਨੇ। ਬੜਾ ਦੁੱਖ ਨਾਲ ਕਹਿਣਾ ਪੈਂਦਾ ਵੀ ਮੈਂ ਵੀ ਇਸ ਸਟੇਟ ਦਾ ਹਿੱਸਾ ਰਿਹਾ, ਤੇ ਕਿਸਾਨ ਤੇ ਪਹਿਲਾਂ ਬਰਬਾਦੀ ਦੀ ਗੁਜ਼ਾਰਤੀ ਹੈ, ਤੇ ਫਿਰ ਵੀ ਇੰਨਾ ਕੁਛ ਹੋ ਰਿਹਾ, ਬਹੁਤ ਦੁੱਖ ਹੋ ਰਿਹਾ। ਲੇਕਿਨ ਇਹਨਾਂ ਲੋਕਾਂ ਨੂੰ ਪਤਾ ਨੀ ਕਿਉਂ ਪਰਮਾਤਮਾ ਸੁਧ ਬੁੱਧੀ ਕਿਉਂ ਨੀ ਦਿੰਦਾ, ਕਿਉਂ ਨੀ ਸੁਧਰਦੀ, ਵਾਰ ਵਾਰ ਗਲਤੀਆਂ ਕਰ ਰਹੇ ਨੇ। ਇਹ ਅਸੀਂ ਤਾਂ ਅਰਦਾਸ ਹੀ ਕਰ ਸਕਦੇ ਹਾਂ ਵੀ ਕਿਸਾਨ ਨੂੰ ਬਚਾਉਣ ਵਾਸਤੇ ਇਹਨਾਂ ਨੂੰ ਪਰਮਾਤਮਾ ਸੁਧ ਬੁੱਧੀ ਦੇਵੇ ਤੇ ਇਹ ਗਲਤ ਮਾਲ ਵੇਚਣੋਂ ਬੰਦ ਕਰਨ। ਅਸੀਂ ਤਾਂ ਆਪਣੀ ਜਿਹੜੀ ਕਾਰਵਾਈ ਆ, ਏਪੀਪੀ ਸਾਹਿਬ, ਪੀਸੀਆਈ, ਐਸਡੀਓ, ਐਸਐਮਐਸ, ਡੀਡੀਏ, ਡਾਇਰੈਕਟਰ ਐਗਰੀਕਲਚਰ, ਜੋ ਗ੍ਰਹਿ ਸਚਿਵ ਹੈ, ਉੱਥੋਂ ਤੱਕ ਅਸੀਂ ਰਿਪੋਰਟ ਕਰ ਰੱਖੀ।